ਵਾਹਿ ਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿਣਾ ਸਕੋ ਇੱਕ ਰਾਤੀ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮਹਾਰ ਸਰਵਰ ਅਤ ਅਗਾਹ ਹਮ ਲਹਿ ਨਾ ਸਕ ਹੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਾਹਿਬਾਨ ਦੀ ਨਿਵਾਜੀ ਹੋਈ ਨਗਰੀ 'ਤੇ ਬੜੇ ਅਦਬ ਪਿਆਰ ਸਹਿਤ ਸੱਜ ਬੈਠੀ ਸਾਧ ਸੰਗਤ ਗੁਰਦੇਵ ਪਾਤਸ਼ਾਹ ਜੀ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਆਦੇਸ਼ ਆਪ ਜੀ ਨੇ ਬੜੇ ਪਿਆਰ ਇਕਾਗਰਤਾ ਨਾਲ ਸਰਵਣ ਕੀਤਾ ਹੈ। ਬਾਣੀ ਦੇ ਅੰਦਰ ਦਤਾਰ ਪਿਤਾ ਜੀ ਨੇ ਸੁੰਦਰ ਤਸ਼ਬੀਹਾਂ ਦਿੱਤੀਆਂ ਨੇ, ਬਹੁਤ ਸਾਰੀਆਂ ਗੱਲਾਂ ਸੰਗਿਆ ਰੂਪ ਵਿੱਚ ਕੀਤੀਆਂ। ਬਹਿਰੂਨੀ ਪ੍ਰਮਾਣ ਦੇ ਕੇ ਅੰਦਰੂਨੀ ਬਾਤ ਸਤਿਗੁਰੂ ਜੀ ਕਰਦੇ ਹੈ। ਵਸਤਾਂ ਬਾਹਰ ਦੀਆਂ ਹਨ ਜਿਨ੍ਹਾਂ ਦੀ ਮਿਸਾਲ ਦਿੱਤੀ ਜਾ ਰਹੀ ਹੈ, ਸੋਝੀ ਅੰਦਰ ਦੀ ਕਰਵਾ ਰਹੇ ਪਾਤਸ਼ਾਹ। ਕੱਲ੍ਹ ਅਸਾੜ ਦੀ ਸੰਗਰਾਂਦ ਆਰੰਭ ਹੋਈ, ਤਪਸ਼ ਬਾਹਰ ਹੈ, ਗਰਮੀ ਬਾਹਰ ਹੈ,
ਪਰ ਮਤ ਸਤਿਗੁਰੂ ਜੀ ਅੰਦਰ ਦੀ ਦੇ ਰਹੇ ਨੇ। ਬਾਣੀ ਸਰਬ ਕਾਲ ਹੈ, ਸਰਬ ਸਥਾਨ ਹੈ। ਇਸ ਵਾਸਤੇ ਜਦੋਂ ਮਹਾਰਾਜ ਜੀ ਬਾਹਰ ਦੀ ਗੱਲ ਕਰਦੇ ਨੇ ਤਾਂ ਉਹਦਾ ਕੇਵਲ ਅਰਥ ਬਾਹਰ ਦਾ ਨਹੀਂ ਸਮਝਣਾ। ਬਹੁਤ ਸਾਰੀਆਂ ਧਰਤੀਆਂ ਹੋਣਗੀਆਂ ਜਿੱਥੇ ਇਹਨਾਂ ਦਿਨਾਂ ਵਿੱਚ ਗਰਮੀ ਨਹੀਂ ਵੀ ਪੈ ਰਹੀ, ਪਰ ਬਾਣੀ ਦਾ ਪ੍ਰਮਾਣ, ਬਾਣੀ ਦਾ ਗਿਆਨ, ਬਾਣੀ ਦੀ ਸਿੱਖਿਆ ਉੱਥੇ ਵੀ ਅਟਲ ਹੈ। ਕਿਉਂਕਿ ਇਹ ਬਾਹਰ ਤਾਂ ਸਿਰਫ ਪ੍ਰਮਾਣ ਵਰਤਿਆ ਜਾ ਰਿਹਾ, ਗੱਲ ਤਾਂ ਅੰਦਰ ਦੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਜਿੰਦ ਦੀ ਦਸ਼ਾ ਨੂੰ ਬਿਆਨ ਕਰਨ ਵਾਸਤੇ ਬਹੁਤ ਸੋਹਣੇ ਪ੍ਰਮਾਣ ਦਿੱਤੇ। ਕਿਤੇ ਮਛਲੀ ਨਾਲ ਤੁਲਨਾ ਕੀਤੀ ਬਿਰਤੀਆਂ ਦੇ ਹਿਸਾਬ ਨਾਲ, ਕਿਤੇ ਹੰਸ ਨਾਲ ਤੁਲਨਾ ਕੀਤੀ, ਕਿਤੇ ਬਗਲੇ ਨਾਲ ਤੁਲਨਾ ਕੀਤੀ, ਮਨੁੱਖੀ ਮਨ ਦੀ ਕਿਤੇ ਸਵਾਨ ਨਾਲ ਤੁਲਨਾ ਕੀਤੀ ਕੁੱਤੇ ਨਾਲ ਵੀ, ਕਿਤੇ ਚੰਦਨ ਨਾਲ ਤੁਲਨਾ ਕੀਤੀ, ਕਦੀ ਬਾਂਸ ਨਾਲ ਤੁਲਨਾ ਕੀਤੀ। ਗੱਲ ਬਾਂਸ ਦੀ ਨਹੀਂ ਹੈ, ਗੱਲ ਚੰਦਨ ਦੀ ਨਹੀਂ ਹੈ। ਉਹਦੇ ਗੁਣਾਂ ਦੀ ਪ੍ਰਮਾਣਿਕਤਾ ਦੇ ਕੇ ਮਹਾਰਾਜ ਜੀ ਮਨੁੱਖ ਦੀ ਬਿਰਤੀ ਦਾ ਵਰਣਨ ਕਰਦੇ ਹੈ। ਇੱਥੇ ਵੀ ਸੱਚੇ ਸਾਹਿਬ ਜੀ ਨੇ ਜਿਹੜੀਆਂ ਤਸ਼ਬੀਹਾਂ ਵਰਤੀਆਂ, ਰਹਾਓ ਦੀ ਪੰਕਤੀ ਅੰਦਰ ਬਿਰਹੋ ਕੁੱਠੀ ਆਤਮਾ ਦੀ ਤੁਲਨਾ ਇੱਕ ਅਮਲੀ ਦੇ ਨਾਲ ਕੀਤੀ ਗਈ ਹੈ। ਅਤੇ ਜੇ ਅਸੀਂ ਬਾਹਰ ਮੁਖੀ ਬਿਰਤੀ ਨਾਲ ਸੋਚਾਂਗੇ ਸਾਨੂੰ ਐਂ ਲੱਗੇਗਾ ਵੀ ਸ਼ਾਇਦ ਜ਼ਿਆਦਾ ਨਹੀਂ ਢੁਕਦੀ, ਸ਼ਾਇਦ ਜ਼ਿਆਦਾ ਸੁੰਦਰ ਨਹੀਂ ਲੱਗਦੀ, ਬਾਹਰ ਮੁਖੀ ਬਿਰਤੀ ਨਾਲ ਸੋਚਾਂਗੇ। ਪਰ ਜਦੋਂ ਅਸੀਂ ਉਸ ਤੱਥ ਨੂੰ ਪਕੜਾਂਗੇ ਜਿਹੜਾ ਸਤਿਗੁਰੂ ਜੀ ਸਾਨੂੰ ਦੱਸਣਾ ਚਾਹੁੰਦੇ ਆ, ਫਿਰ ਪਤਾ ਲੱਗੇਗਾ ਕਿ ਅਮਲੀ ਕਿਵੇਂ ਵਿਲਕਦਾ ਹੈ ਅਮਲ ਤੋਂ ਟੁੱਟਿਆ ਹੋਇਆ। ਬਹੁਤ ਵੱਡੀ ਪੱਧਰ ਦੇ ਉੱਤੇ ਅੱਜ ਸਰਕਾਰਾਂ ਨੂੰ, ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਵੀ ਨਸ਼ਾ ਛਡਾਊ ਕੇਂਦਰ ਖੋਲ੍ਹਣੇ ਪਏ। ਇਹਦਾ ਮਤਲਬ ਅਮਲੀ ਦਾ ਅਮਲ ਆਪਣੇ ਆਪ ਨਹੀਂ ਛੁੱਟਦਾ ਪਿਆ, ਉਹਦੀ ਜਾਨ ਨਿਕਲ ਜਾਏਗੀ ਜੇ ਅਮਲ ਨਹੀਂ ਮਿਲੇਗਾ, ਵਸੀਲੇ ਵਰਤਣੇ ਪਏ। ਜਦੋਂ ਉਹਦੀ ਦਸ਼ਾ ਨੂੰ ਅਸੀਂ ਨੇੜਿਓਂ ਤੱਕਾਂਗੇ, ਕਿਸੇ ਅਮਲੀ ਨੂੰ ਵਿਲਕਦਿਆਂ ਹੋਇਆਂ, ਬੇਬਲ ਹੋਇਆਂ, ਤੜਪਦਿਆਂ ਹੋਇਆਂ, ਉਹਦੀ ਹਾਲਤ ਨੂੰ ਬਿਲਕੁਲ ਨੇੜਿਓਂ ਤੱਕੋਗੇ ਤਾਂ ਫਿਰ ਇਹ ਅੰਦਾਜ਼ਾ ਲਾਉਣਾ ਸੌਖਾ ਹੋ ਜਾਏਗਾ ਵੀ ਜਿਵੇਂ ਇਹ ਆਪਣੇ ਭੁੱਸ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹਦੀ ਕਮਜ਼ੋਰੀ ਬਣ ਗਿਆ ਨਸ਼ਾ, ਇਹਦੀ ਮਜ਼ਬੂਰੀ ਬਣ ਗਿਆ, ਇਹਦੀ ਲੋੜ ਬਣ ਗਿਆ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਦਾ ਰਸ ਲੈਣ ਵਾਲਿਆਂ ਦੀ ਜ਼ਿੰਦਗੀ ਬਣ ਜਾਂਦਾ ਨਾਮ। ਜਿਵੇਂ ਉਹ ਅਮਲੀ ਤੜਪਦਾ ਹੈ ਉਹ ਮਰਨ ਕਿਨਾਰੇ ਪਹੁੰਚ ਜਾਂਦਾ ਹੈ, ਇਸੇ ਤਰ੍ਹਾਂ ਦਸ਼ਾ ਉਹਨਾਂ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਾਹਿਗੁਰੂ ਰਮ ਗਿਆ ਅਤੇ ਉਹ ਕਹਿੰਦੇ ਨੇ ਆਖਾਂ ਜੀਵਾਂ ਵਿਸਰਿਆ ਮਰ ਜਾਓ। ਤਸ਼ਬੀਹਾਂ ਬਾਹਰ ਦੀਆਂ ਨੇ, ਪ੍ਰਮਾਣ ਬਾਹਰ ਦੇ ਨੇ। ਮਨੁੱਖੀ ਮਨ ਦੀ ਬਿਰਹੋਂ ਕੁੱਠੀ ਆਤਮਾ ਦੀ ਤੁਲਨਾ ਇੱਥੇ ਸਤਿਗੁਰੂ ਜੀ ਬੰਬੀਹੇ ਨਾਲ ਕਰ ਰਹੇ ਨੇ, ਚਾਤ੍ਰਿਕ ਨਾਲ ਕਰ ਰਹੇ ਆ। ਸਭ ਤੋਂ ਜ਼ਿਆਦਾ ਵਿਲਕਣ ਵਾਲਾ ਜੀਵ ਹੈ ਸਵਾਂਤੀ ਬੂੰਦ ਵਾਸਤੇ, ਜੋ ਅਸੀਂ ਸੁਣਦੇ ਆਏ ਹਾਂ, ਜੋ ਦਾਨਿਆਂ ਦੀ ਕਥਨੀ ਹੈ ਵੀ ਸਵਾਂਤੀ ਬੂੰਦ ਵਾਸਤੇ ਸਭ ਤੋਂ ਜ਼ਿਆਦਾ ਵਿਲਕਦਾ ਹੈ ਬੰਬੀਹਾ, ਅੰਮ੍ਰਿਤ ਵੇਲੇ ਉੱਠ ਕੇ ਵਿਲਕਦਾ ਹੈ। ਇਸ ਵਾਸਤੇ ਜਦੋਂ ਭਗਤ ਜਨਾਂ ਦੀ ਗੱਲ ਕੀਤੀ ਤਾਂ ਬੰਬੀਹੇ ਦੇ ਨਾਲ ਤੁਲਨਾ ਕੀਤੀ, ਜਦੋਂ ਪ੍ਰੇਮ ਵਾਲਿਆਂ ਦੀ ਗੱਲ ਕੀਤੀ ਤਾਂ ਮਛਲੀ ਦੇ ਨਾਲ ਤੁਲਨਾ ਕੀਤੀ। ਪਾਣੀ ਤੋਂ ਬਿਨਾਂ ਜਿਵੇਂ ਜੂ ਨਹੀਂ ਸਕਦੀਆਂ, ਇਵੇਂ ਪ੍ਰੇਮ ਰਤੀਆਂ ਆਤਮਾਵਾਂ ਵਾਹਿਗੁਰੂ ਜੀ ਦੀ ਮਿਲਣ ਤੋਂ ਬਿਨਾਂ ਜੂ ਨਹੀਂ ਸਕਦੀਆਂ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪ੍ਰਮਾਣ ਇਸ ਲਈ ਵਰਤ ਰਹੇ ਹੈ, ਦ੍ਰਿਸ਼ਟਮਾਨ ਪ੍ਰਮਾਣ, ਸਾਡੀਆਂ ਨਜ਼ਰਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਰੋਜ਼ ਵੇਖਦੇ ਹਾਂ। ਗੁਰੂ ਸਾਹਿਬ ਜੀ ਇਸ ਵਾਸਤੇ ਪ੍ਰਮਾਣ ਵਰਤ ਰਿਹਾ ਤਾਂ ਕਿ ਸਾਨੂੰ ਗੋਝ ਗੱਲ ਸੌਖੀ ਸਮਝ ਵਿੱਚ ਆ ਜਾਵੇ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਇੱਕ ਸ਼ੁਰੂਆਤੀ ਦੌਰ ਵਿੱਚ ਬੱਚੇ ਨੂੰ ਜਦੋਂ ਤੁਸੀਂ ABC ਸਿਖਾਉਂਦੇ ਹੋ, ਊੜਾ ਏੜਾ ਸਿਖਾਉਂਦੇ ਹੋ, ਉਹਦੇ ਨਾਲ ਚਿੱਤਰ ਬਣਾ ਕੇ ਉਹਨੂੰ ਅੱਖਰਾਂ ਦੀ ਪਹਿਚਾਣ ਕਰਾਉਂਦੇ ਹਾਂ। ਬਹੁਤ ਵਾਰੀ ਊੜਾ ਐੜਾ ਸਿਖਾਉਂਦੇ ਹਾਂ, ਤੁਸੀਂ ਸਾਰੇ ਪੜ੍ਹੇ ਹੋ, ਅਤੇ ਨਾਲ ਤਸਵੀਰਾਂ ਬਣੀਆਂ, ਊੜਾ ਊਠ ਹੈ, ਐੜਾ ਅਨਾਰ ਹੈ, ਈੜੀ ਇੱਟ ਹੈ। ਇਸੇ ਤਰ੍ਹਾਂ ਅੰਗਰੇਜ਼ੀ ਦੇ ਅੱਖਰ ਸਿਖਾਉਂਦੇ ਹਾਂ, ਅਕਸਰ ਹੀ ਜਿਹੜਾ ਕਾਇਦਾ ਮਿਲਦਾ, ਜਿਹੜੀ ਬੁੱਕ ਮਿਲਦੀ ਹੈ ਉਹਦੇ ਉੱਤੇ ਨਾਲ ਤਸਵੀਰਾਂ ਬਣੀਆਂ, ਅਸੀਂ ਸਾਰੇ ਪੜ੍ਹਦੇ ਆਏ ਹਾਂ, ਏ ਫਾਰ ਐਪਲ, ਬੀ ਫਾਰ ਬੈਟ। ਹੁਣ ਗੱਲ ਇਹ ਐਪਲ ਉੱਤੇ ਨਹੀਂ ਮੁੱਕ ਜਾਂਦੀ, ਗੱਲ ਊੜਾ ਊਠ ਉੱਤੇ ਨਹੀਂ ਮੁੱਕ ਜਾਂਦੀ। ਜੇ ਸੋਚੀਏ ਵੀ ਸਿਰਫ ਊਠ ਊੜੇ ਊੜਾ ਊਠ ਵਾਸਤੇ ਹੀ ਹੈ, ਹੋਰ ਕਿਸੇ ਵਾਸਤੇ ਨਹੀਂ, ਇਹ ਸਾਡੀ ਬੇਸਮਝੀ ਹੋਏਗੀ। ਊੜੇ ਦੇ ਅੱਗੇ ਬਹੁਤ ਵੱਡਾ ਗਿਆਨ ਦਾ ਸਮੁੰਦਰ ਹੈ, ਉਸ ABC ਦੇ ਅੱਗੇ ਬਹੁਤ ਵੱਡਾ ਗਿਆਨ ਦਾ ਸਾਗਰ ਹੈ। ਡਿਗਰੀਆਂ ਨੇ ਬਹੁਤ ਅਸੀਮ ਵਿੱਦਿਆ ਹੈ,
ਪਰ ਸ਼ੁਰੂਆਤੀ ਦੌਰ ਵਿੱਚ ਕੇਵਲ ਇੱਕ ਤਸਵੀਰ ਬਣਾ ਕੇ ਸਾਨੂੰ ਅੱਖਰਾਂ ਦਾ ਗਿਆਨ ਕਰਵਾ ਦਿੱਤਾ। ਇਸੇ ਤਰ੍ਹਾਂ ਸਮਝ ਲਓ ਸਾਨੂੰ ਪਹਿਲੀ ਕਲਾਸ ਵਿੱਚ ਮਹਾਰਾਜ ਜੀ ਬੰਬੀਹੇ ਦੀ ਤਸਵੀਰ ਬਣਾ ਕੇ ਸਮਝਾ ਰਹੇ ਨੇ, ਚਾਤਰਕ ਦੀ ਫੋਟੋ ਬਣਾ ਕੇ ਜਿਵੇਂ ਸਮਝਾ ਰਹੇ ਨੇ ਕਿ ਜਿਵੇਂ ਚਾਤਰਕ ਵਿਲਕਦਾ ਹੈ ਇਹ ਵੈਰਾਗ ਹੈ ਜਿਨ੍ਹਾਂ ਦੇ ਅੰਦਰ ਮਿਲਣ ਦੀ ਸਿੱਖ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰਾਂ ਨੇ ਇੱਕ ਬਹੁਤ ਸੁੰਦਰ ਵਿਚਾਰ ਧੰਨ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਲਿਖਦਿਆਂ ਸਾਡੇ ਸਮਕਸ਼ ਰੱਖਿਆ ਅਤੇ ਇਹ ਵਿਚਾਰ ਮੈਂ ਸਮਝਦਾ ਸਾਡਾ ਇੱਕ ਭਰਮ ਵੀ ਨਿਵਰਤ ਕਰਦਾ। ਜਦੋਂ ਉਹ ਚਾਤਰਕ ਦੀ ਪ੍ਰਮਾਣਿਕਤਾ ਨੂੰ ਵਰਤਦੇ ਆ ਅਤੇ ਉਹਨਾਂ ਨੇ ਇੱਕ ਗਾਥਾ ਲਿਖੀ, ਕਹਿੰਦੇ ਪੰਚਮ ਪਾਤਸ਼ਾਹ ਮਹਾਰਾਜ ਜਦੋਂ ਸੇਵਕ ਰੂਪ ਵਿੱਚ ਹੁਕਮ ਕਮਾ ਰਹੇ ਸਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਗੁਰੂ ਹੁਕਮ ਦੇ ਨਾਲ ਲਾਹੌਰ ਦੀ ਧਰਤੀ ਤੇ ਗਏ ਨੇ, ਭਾਵੇਂ ਬਾਹਰੀ ਤੌਰ ਤੇ ਵਿਆਹ ਵਿੱਚ ਸ਼ਾਮਿਲ ਹੋਣਾ ਸੀ ਪਰ ਮਕਸਦ ਸੀ ਕਿ ਲਾਹੌਰ ਵਿੱਚ ਸਿੱਖੀ ਦੀ ਮਹਿਕ ਖਿੰਡੇ, ਲਾਹੌਰ ਵੀ ਹਿੰਦੁਸਤਾਨ ਸਰਕਾਰ ਦਾ ਸਭ ਕੇਂਦਰ ਸੀ, ਉਸ ਕੇਂਦਰ ਦੇ ਉੱਤੇ ਸਿੱਖੀ ਦਾ ਬੂਟਾ ਲੱਗਣਾ ਬਹੁਤ ਜ਼ਰੂਰੀ ਹੈ, ਜੜ੍ਹਾਂ ਮਜ਼ਬੂਤ ਹੋਣੀਆਂ, ਹਰ ਪਹਿਲੂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਚਦੇ ਸਨ। ਲੰਬੇਰਾ ਸਮਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸੇਵਕ ਰੂਪ ਵਿੱਚ ਹੁਕਮ ਕਮਾਉਂਦਿਆਂ ਲਾਹੌਰ ਦੀ ਧਰਤੀ ਤੇ ਰਹੇ ਹਨ ਤੇ ਪ੍ਰਿੰਸੀਪਲ ਸਾਹਿਬ ਜੀ ਨੇ ਉੱਥੇ ਵਿਰਾਗ ਦੀ ਦਸ਼ਾ ਨੂੰ ਬਿਆਨ ਕਰਦਿਆਂ ਸਾਡੇ ਸਾਹਮਣੇ ਇੱਕ ਇਤਿਹਾਸਕ ਹਵਾਲਾ ਰੱਖਿਆ ਜਿਹੜਾ ਸਾਨੂੰ ਸਿਧਾਂਤਕ ਸੋਝੀ ਵੀ ਦਿੰਦਾ, ਮੈਂ ਨਾਲ ਇਹ ਗੱਲ ਕਹਿ ਰਿਹਾ ਇਹਨੂੰ ਖਿਆਲ 'ਚ ਰੱਖਣਾ। ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸੇਵਕ ਰੂਪ ਵਿੱਚ ਬਹੁਤ ਵਿਰਾਗੀ ਹੋਏ, ਉਹਨਾਂ ਦਾ ਜੀਅੜਾ ਦਰਸ਼ਨਾਂ ਵਾਸਤੇ ਬੇਬਲ ਹੋਇਆ, ਉਵੇਂ ਜਿਵੇਂ ਇੱਕ ਚਾਤਰਕ ਤੜਪਦਾ। ਆਪ ਜੀ ਬਚਨ ਸੁਣਦੇ ਹੋ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੈ। ਕੀ ਬਚਨ ਕਿਹਾ ਜੀ? ਬਿਲਪ ਕਰੈ ਚਾਤਰਕ ਕੀ ਨਿਆਈ। ਚਾਤਰਕ ਦਾ ਅਰਥ ਹੈ ਬੰਬੀਹਾ, ਜਿਵੇਂ ਇੱਥੇ ਬਚਨ ਸਾਹਿਬ ਨੇ ਅੱਜ ਬਖਸ਼ਿਸ਼ ਕੀਤਾ, ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲ ਲਾਤੀ। ਵੈਰਾਗੀ ਮਨ ਦੀ ਦਸ਼ਾ ਚਾਤਰਕ ਵਾਲੀ ਦੱਸੀ ਹੈ ਮਹਾਰਾਜ ਨੇ। ਕਾਸ਼ ਕਿਤੇ ਇਹ ਜੀਅੜਾ ਚਾਤਰਕ ਬਣ ਜਾਏ ਤੇ ਜਿਵੇਂ ਉਹ ਸੁਆਂਤੀ ਬੂੰਦ ਲਈ ਤੜਪਦਾ ਹੈ ਮੇਰੇ ਦਾਤਾ, ਇਸੇ ਤਰ੍ਹਾਂ ਤੇਰੇ ਨਾਮ ਬੂੰਦ ਦੀ ਭੁੱਖ ਮੇਰੇ ਅੰਦਰ ਪੈਦਾ ਹੋ ਜਾਏ। ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆਤਮਕ ਦਸ਼ਾ ਨੂੰ ਸ਼ਬਦ ਦੇ ਅੰਦਰ ਪੜ੍ਹਦੇ ਸੁਣਦੇ ਹਾਂ ਕਿ ਮੇਰਾ ਮਨ ਲੋਚਾ ਗੁਰਦਰਸ਼ਨ ਤਾਈਂ, ਕਿਵੇਂ ਲੋਚਦਾ, ਕਿਵੇਂ ਬਿਲਕਦਾ ਹੈ, ਕਿਵੇਂ ਬਿਰਹੋ ਦੇ ਅੰਦਰ ਤੜਪਦਾ ਹੈ। ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਹੁਣ ਇੱਕ ਬੇਨਤੀ ਮੈਂ ਇਸ ਗਾਥਾ ਨੂੰ ਬਿਆਨ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਕਹਿਣੀ ਚਾਹੁੰਦਾ। ਸਤਸੰਗਤ, ਬਹੁਤ ਵਾਰੀ ਅਸੀਂ ਸਾਰਿਆਂ ਨੇ ਸੁਣਿਆ, ਆਪ ਜੀ ਨੇ ਵੀ ਜ਼ਰੂਰ ਸੁਣਿਆ ਹੋਏਗਾ ਕਿ ਹਜ਼ੂਰ ਪੰਚਮ ਪਾਤਸ਼ਾਹ ਮਹਾਰਾਜ ਜੀ ਜਦੋਂ ਲਾਹੌਰ ਸਨ ਤੇ ਉਹਨਾਂ ਨੇ ਚਾਰ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਵੱਲ ਲਿਖ ਕੇ ਚਾਰ ਚਿੱਠੀਆਂ ਦੇ ਰੂਪ ਵਿੱਚ ਭੇਜੇ। ਇਹ ਪਰੰਪਰਾਗਤ ਤੌਰ ਦੇ ਉੱਤੇ ਇਹ ਗਾਥਾ ਤੁਰੀ ਆਉਂਦੀ ਸੀਨਾ ਬਸੀਨਾ ਤੇ ਉਹ ਚਾਰ ਚਿੱਠੀਆਂ ਦਾ ਜ਼ਿਕਰ ਕਰਦੇ ਹੋਏ ਕੁਝ ਲੋਕਾਂ ਨੇ ਕਿਹਾ ਕਿ ਇਹ ਜਿਹੜੇ ਚਾਰ ਸ਼ਬਦ ਸਨ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਜਿਹੜੇ ਗੁਟਕੇ ਦੇ ਅੰਦਰ ਅਸੀਂ ਸ਼ਬਦ ਹਜ਼ਾਰੇ ਸਿਰਲੇਖ ਹੇਠਾਂ ਪੜ੍ਹਦੇ ਹਾਂ। ਵੈਸੇ ਸ਼ਬਦ ਹਜ਼ਾਰੇ ਸਿਰਲੇਖ ਦੀ ਕੋਈ ਬਾਣੀ ਨਹੀਂ, ਪਰ ਕੁਝ ਗੁਰਸਿੱਖਾਂ ਨੇ ਸਰਲ ਸ਼ਬਦਾਂ ਨੂੰ ਇਕੱਤਰ ਕਰਕੇ ਇਹ ਸਿਰਲੇਖ ਲਿਖ ਦਿੱਤਾ। ਬਾਣੀ ਪੜ੍ਹਨ ਵਿੱਚ ਕੋਈ ਹਰਜ ਨਹੀਂ, ਤੁਸੀਂ ਪੜ੍ਹਿਆ ਕਰੋ, ਮੈਂ ਇਹਦਾ ਵਿਰੋਧੀ ਨਹੀਂ ਹਾਂ। ਇੱਕ ਬੇਨਤੀ ਇੱਥੇ ਜ਼ਰੂਰੀ ਕਰਨੀ ਚਾਹੁੰਦਾ ਇਸ ਤੋਂ ਪਹਿਲਾਂ ਕਿ ਮੈਂ ਪ੍ਰਿੰਸੀਪਲ ਸਾਹਿਬ ਜੀ ਦੀ ਲਿਖਤ ਨੂੰ ਤੁਹਾਡੇ ਸਾਹਮਣੇ ਰੱਖਾਂ। ਸਾਧ ਸੰਗਤ, ਇਹ ਚੌਂ ਸ਼ਬਦਾਂ ਅੰਦਰ ਨਾਨਕ ਪਦ ਦੀ ਵਰਤੋਂ ਕੀਤੀ ਗਈ ਹੈ। ਇਹ ਚੌਂ ਸ਼ਬਦਾਂ ਨੂੰ ਗੁਰਬਾਣੀ ਹੋਣ ਦਾ ਅਧਿਕਾਰ ਪ੍ਰਾਪਤ ਹੈ। ਇਹ ਚਾਰੇ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਹਨ, ਪਰ ਇਹ ਗੱਲ ਚੰਗੀ ਤਰ੍ਹਾਂ ਆਪਣੇ ਚੇਤੇ 'ਚ ਰੱਖਣੀ, ਇੱਕ ਸ਼ੰਕਾ ਨਿਵਰਤ ਕਰ ਲੈਣਾ ਜ਼ਰੂਰ ਕਿ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਅੰਦਰ ਜਿਹੜੀ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇਹ ਉਸ ਬਾਣੀ ਨੂੰ ਹੀ ਮਾਨਤਾ ਹੈ ਜਿਹੜੀ ਗੁਰੂ ਪਦਵੀ 'ਤੇ ਬਿਰਾਜਮਾਨ ਹੋਣ ਦੇ ਸਾਰ ਉਹਨਾਂ ਨੇ ਬਿਆਨ ਕੀਤੀ ਹੈ, ਉਚਾਰਨ ਕੀਤੀ ਹੈ। ਜਦੋਂ ਗੁਰੂ ਜੋਤ ਅੰਦਰ ਵਿਦਮਾਨ ਹੋਈ ਉਦੋਂ ਉਹਨਾਂ ਦੀ ਰਸਨਾ ਤੋਂ ਨਿਕਲੀ ਹੋਈ ਬਾਣੀ ਨੂੰ ਗੁਰਬਾਣੀ ਕਿਹਾ ਗਿਆ। ਸਤਸੰਗਤ, ਜਿੰਨੀ ਦੇਰ ਗੁਰੂ ਜੋਤ ਅੰਦਰ ਵਿਦਮਾਨ ਨਹੀਂ ਹੈ ਉਹ ਸੇਵਕ ਰੂਪ ਵਿੱਚ ਵਰਤ ਰਹੇ ਨੇ, ਕੋਈ ਵੀ ਗੁਰੂ ਸਰੀਰ ਹੈ ਭਾਵੇਂ ਉਹ, ਤੇ ਸੇਵਕ ਨੂੰ ਇਹ ਅਧਿਕਾਰ ਨਹੀਂ ਕਿ ਉਹ ਨਾਨਕ ਪਦ ਦੀ ਵਰਤੋਂ ਕਰ ਸਕੇ। ਨਾਨਕ ਪਦ ਦੀ ਵਰਤੋਂ ਦਾ ਅਧਿਕਾਰ ਕੇਵਲ ਤੇ ਕੇਵਲ ਗੁਰੂ ਜੋਤ ਦੇ ਵਾਰਸ ਨੂੰ ਹੈ। ਇਸ ਵਾਸਤੇ ਇਹ ਸ਼ੰਕਾ ਕਰਨਾ, ਇਹ ਮਨ ਵਿੱਚ ਵਿਚਾਰ ਰੱਖਣਾ ਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਪਦਵੀ ਲੈਣ ਤੋਂ ਪਹਿਲਾਂ ਚਾਰ ਸ਼ਬਦ ਚਿੱਠੀਆਂ ਰੂਪ 'ਚ ਲਿਖੇ ਨੇ,
ਇਹ ਸਾਧ ਸੰਗਤ ਸਿਧਾਂਤਕ ਨੇੜਤਾ ਨਹੀਂ, ਸਿਧਾਂਤਕ ਪਹਿਲੂ ਨਹੀਂ ਹੈ। ਅਸਲ ਵਿੱਚ ਨਾਨਕ ਪਦ ਦੀ ਵਰਤੋਂ ਉਦੋਂ ਹੀ ਕੀਤੀ ਹੈ ਜਦੋਂ ਗੁਰੂ ਪਦਵੀ ਦੇ ਉੱਤੇ ਬਿਰਾਜਮਾਨ ਹੋਏ ਨੇ, ਉਦੋਂ ਮਾਨਤਾ ਹੈ, ਉਦੋਂ ਅਧਿਕਾਰ ਹੈ ਕਿ ਇਹ ਨਾਨਕ ਨਾਮ ਦੀ ਮੋਹਰ ਲਾ ਕੇ ਗੁਰੂ ਸ਼ਬਦ ਉਚਾਰਨ ਕੀਤਾ ਜਾ ਸਕੇ। ਪ੍ਰਿੰਸੀਪਲ ਸਾਹਿਬ ਜੀ ਨੇ ਇਸ ਬਿਰਹੜੇ ਨੂੰ ਬਿਆਨ ਕੀਤਾ, ਇਹ ਨਹੀਂ ਕਿ ਵਿਰਾਗ ਨਹੀਂ ਸੀ। ਉਹਨਾਂ ਨੇ ਜ਼ਿਕਰ ਕੀਤਾ ਇੱਕ ਗਾਥਾ ਦਾ, ਕਹਿੰਦੇ ਕਾਗਜ਼ ਦੀ ਹਿੱਕ ਉੱਤੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਅੰਦਰ ਦੀ ਵੇਦਨਾ ਪ੍ਰਗਟ ਕਰਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਵੱਲ ਜਿਹੜੀ ਪੱਤਰਿਕਾ ਭੇਜੀ, ਉਹਦੇ 'ਤੇ ਚਾਤ੍ਰਿਕ ਦੀ ਤਸਵੀਰ, ਬੰਬੀਹੇ ਦੀ ਤਸਵੀਰ ਉੱਕਰੀ ਹੈ, ਜਿਹਨੂੰ ਵੇਖਦਿਆਂ ਧੰਨ ਗੁਰੂ ਰਾਮਦਾਸ ਮਹਾਰਾਜ ਅੰਦਰ ਦੀ ਦਸ਼ਾ ਸਮਝ ਰਹੇ ਨੇ। ਅਤੇ ਉਹਨਾਂ ਨੇ ਜਿਹੜਾ ਜਵਾਬ ਭੇਜਿਆ ਉਹ ਵੀ ਇੱਕ ਰਮਜ ਵਿੱਚ ਹੈ, ਇਹ ਗੱਲਾਂ ਰਮਜਨੀਆਂ ਹਨ। ਪ੍ਰਿੰਸੀਪਲ ਸਾਹਿਬ ਲਿਖਦੇ ਕਹਿੰਦੇ ਵੀ ਸੱਚੇ ਪਾਤਸ਼ਾਹ ਜੀ ਨੇ ਕਾਗਜ਼ ਦੇ ਦੂਜੇ ਪਾਸੇ ਮੇਘ ਦੀ ਤਸਵੀਰ ਬਣਾਈ, ਬੱਦਲਾਂ ਦੀ ਤਸਵੀਰ, ਜਿਹੜੀ ਇਸ ਗੱਲ ਦੀ ਪ੍ਰਮਾਣਿਕਤਾ ਸੀ, ਇਸ ਗੱਲ ਦਾ ਜਵਾਬ ਸੀ ਕਿ ਜਦੋਂ ਬੰਬੀਹਾ ਤੜਫਦਾ ਹੈ, ਜਦੋਂ ਬੰਬੀਹਾ ਵੈਰਾਗ ਵਿੱਚ ਕਰਲਾਉਂਦਾ ਹੈ, ਉਦੋਂ ਜ਼ਰੂਰ ਫਿਰ ਮੇਘਾਂ ਨੂੰ ਫਰਮਾਨ ਹੁੰਦਾ, ਵੇਗਾਂ ਨੂੰ ਫਰਮਾਨ ਜ਼ਰੂਰ ਹੁੰਦਾ ਵੀ ਬਰਸੋ ਕਿਰਪਾ ਧਾਰ, ਬੰਬੀਹੇ ਦੀ ਪਿਆਸ ਜ਼ਰੂਰ ਬੁੱਝਦੀ ਹੈ। ਜਿਹੜੀ ਇਹ ਗੱਲ ਕਹਿੰਦੀ ਸੀ ਵੀ ਜੇ ਵੈਰਾਗ ਹੈ ਤੇ ਫਿਰ ਸ਼ੈਬਰ ਲਾ ਕੇ ਰੱਬੀ ਰਹਿਮਤ ਜ਼ਰੂਰ ਬਰਸੇਗੀ, ਉਹ ਅਗਲਾ ਸਮਾਂ ਆਉਂਦਾ ਵੀ ਜਦੋਂ ਰੱਬੀ ਰਹਿਮਤ ਇੰਨੀ ਬਰਸਦੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਵਿਛੋੜਾ ਖਤਮ ਹੋ ਜਾਂਦਾ ਤੇ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਜੀ ਇੱਕਮਿਕ ਹੋ ਜਾਂਦੇ ਸਤਸੰਗ। ਦਸ਼ਾ ਨੂੰ ਬੰਬੀਹੇ ਦੇ ਰੂਪ ਵਿੱਚ ਬਿਆਨ ਕੀਤਾ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਟੋਟ ਨੂੰ, ਇਸ ਬੇਬਲਤਾ ਨੂੰ, ਇਸ ਤੜਪ ਨੂੰ ਸੁੰਦਰ ਤਸ਼ਬੀਹਾਂ ਦਿੱਤੀਆਂ। ਮਹਾਰਾਜ ਕਹਿੰਦੇ ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰਦਾ, ਹਰ ਬਿਨਾਂ ਰਹਿ ਨਾ ਸਕੋ ਇੱਕ ਰਾਤੀ, ਇੱਕ ਰਾਤ, ਚਾਰ ਪਹਿਰ ਕੱਟਣੇ ਔਖੇ ਨੇ, ਇੱਕ ਛਿਨ ਕੱਟਣਾ ਔਖਾ। ਤਾਂਹੀਓ ਤੇ ਬਚਨ ਲਿਖੇ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਦ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖਿਆ ਗੁਰ ਦਰਬਾਰੇ ਜੀਓ। ਇਹ ਬਿਰਹੜਾ ਹੀ ਹੈ ਸਾਧ ਸੰਗਤ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਬਿਰਹੜੇ ਦੇ ਗੀਤ ਗਾ ਰਹੇ ਹਨ। ਸੱਚੇ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੁੰਦਰ ਨਿਰਣਾ ਦਿੱਤਾ, ਇਸ ਗੱਲ ਨੂੰ ਆਪਣੀ ਪਕੜ ਵਿੱਚ ਲਿਆਇਓ। ਗੁਰਮੁਖੋ ਸਾਹਿਬ ਕਹਿੰਦੇ ਜਿਸ ਆਤਮਕ ਅੱਖ ਵਿੱਚੋਂ ਬਿਰਹੜੇ ਦੇ ਹੰਝੂ ਨਹੀਂ ਵਗੇ, ਵੈਰਾਗ ਉਤਪੰਨ ਨਹੀਂ ਹੋਇਆ ਜਿਸ ਹਿਰਦੇ ਦੇ ਅੰਦਰ, ਸਮਝ ਲਓ ਉਹ ਲਾਸ਼ ਹੈ, ਉਹ ਕਦੋਂ ਦਾ ਮਰ ਚੁੱਕਿਆ। ਜਿਉਂਦੇ ਹੋਣ ਦੀ ਨਿਸ਼ਾਨੀ ਇਹ ਹੈ ਕਿ ਇਸ ਮਨ ਅੰਦਰ, ਇਸ ਧੁਰ ਅੰਤਸ਼ਕਰਨ ਦੇ ਅੰਦਰ ਬਿਰਹੜਾ ਪੈਦਾ ਹੋਵੇ, ਵੈਰਾਗ ਉਪਜੇ ਅੰਦਰ। ਕੱਲ ਬੇਨਤੀ ਕਰਨ ਦੀ ਜਾਚ ਦੱਸੀ ਮਹਾਰਾਜ ਨੇ, ਜੋਦੜੀ ਕਰਨ ਦੀ ਕੱਲ ਜਿਹੜਾ ਹੁਕਮ ਆਪ ਜੀ ਨੇ ਸਰਵਣ ਕੀਤਾ ਸਾੜਤ ਪੰਦੇ ਵਾਲਾ, ਉਹਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਇੱਕ ਮੱਤ ਸਾਨੂੰ ਦਿੱਤੀ ਵੀ ਅਸੀਂ ਕੀ ਮੰਗਣਾ ਗੁਰੂ ਦੇ ਕੋਲੋਂ, ਵੀ ਸੱਚੇ ਪਾਤਸ਼ਾਹ ਜੀ ਮੇਰੇ ਸਿਰ ਤੇ ਰਹਿਮਤ ਦਾ ਹੱਥ ਰੱਖੋ, ਮੇਰੇ ਉੱਤੇ ਕਿਰਪਾ ਕਰੋ ਕਿ ਤੇਰੇ ਦਰਸ਼ਨਾਂ ਦੀ ਪਿਆਸ ਮੇਰੇ ਅੰਦਰ ਲੱਗ ਜੇ, ਮੈਂ ਤੇਰੇ ਦਰਸ਼ਨਾਂ ਦੀ ਪਿਆਸ ਅੰਦਰ ਪੈਦਾ ਕਰ ਸਕਾਂ, ਇਹ ਮੇਰੀ ਜੋਦੜੀ ਹੈ। ਹੁਣ ਵੇਖੋ ਦਰਸ਼ਨ ਮੰਗਣ ਤੋਂ ਪਹਿਲਾਂ ਪਿਆਸ ਮੰਗੀ ਹੈ, ਕਿਉਂਕਿ ਜੇ ਪਿਆਸ ਹੋਏਗੀ ਤੇ ਫਿਰ ਸਾਨੂੰ ਰਸ ਆਵੇਗਾ ਨਾ, ਜਿਹਨੂੰ ਪਿਆਸ ਨਹੀਂ ਉਹਨੂੰ ਰਸ ਵੀ ਨਹੀਂ ਆਉਂਦਾ, ਉਹਨੂੰ ਲੋੜ ਵੀ ਨਹੀਂ ਮਹਿਸੂਸ ਹੁੰਦੀ। ਇਹ ਪਿਆਸ ਹੀ ਬਿਰਹੜਾ ਹੈ, ਪਿਆਸ ਹੀ ਵੈਰਾਗ ਹੈ। ਤੋ ਬਾਬਾ ਜੀ ਕਹਿੰਦੇ ਬਾਬਾ ਫਰੀਦ ਸਾਹਿਬ ਵੀ ਜਿਸ ਹਿਰਦੇ ਅੰਦਰ ਵੈਰਾਗ ਨਹੀਂ ਉਪਜਦਾ ਉਹ ਤੇ ਲਾਸ਼ ਤੁਰੀ ਫਿਰ ਰਹੀ ਹੈ। ਫਰੀਦਾ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਮਸਾਣ ਕਹਿੰਦੇ ਮੁਰਦੇ ਨੂੰ, ਭਟਕਦੀ ਹੋਈ ਆਤਮਾ ਨੂੰ। ਤੂੰ ਇਸ ਤਰ੍ਹਾਂ ਦਾ ਵੈਰਾਗ, ਇਸ ਤਰ੍ਹਾਂ ਦੀ ਟੋਟ, ਇਸ ਤਰ੍ਹਾਂ ਦੀ ਖਿੱਚ, ਇਸ ਤਰ੍ਹਾਂ ਦੀ ਕਸ਼ਿਸ਼, ਜਿਵੇਂ ਬੰਬੀਹੇ ਦੇ ਅੰਦਰ, ਜਿਵੇਂ ਮਛਲੀ ਦੇ ਅੰਦਰ, ਜਿਵੇਂ ਅਮਲੀ ਦੇ ਅੰਦਰ, ਸਾਹਿਬ ਕਹਿੰਦੇ ਇਹ ਅੰਦਰ ਪੈਦਾ ਹੋ ਜਾਏ, ਐਸੀ ਕਿਰਪਾ ਸਾਹਿਬ ਕਰੇ। ਇਹੀ ਤੇ ਤਸ਼ਬੀਹਾਂ ਬਾਣੀ ਦੇ ਅੰਦਰ ਸੁੰਦਰ ਨੇ, ਮੋਹੇ ਮਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰ ਹੈ। ਮੇਰੇ ਸਵਾਮੀ ਜੀ, ਜਿਵੇਂ ਮੈਂ ਮੱਛੀ ਨੂੰ ਪਾਣੀ ਤੋਂ ਬਿਨਾਂ ਤੜਪਦਿਆਂ ਵੇਖਦਾ, ਇਸੇ ਤਰ੍ਹਾਂ ਤੇਰੇ ਮਿਲਾਪ ਦੀ ਤੜਪ ਮੇਰੇ ਹਿਰਦੇ ਅੰਦਰ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪ ਤੜਪ ਕੇ ਮਰ ਜਾਂਦੀ ਹੈ, ਜੇ ਤੂੰ ਨਾ ਮਿਲਿਆ ਮੇਰੇ ਦਾਤਾ ਤੇ ਇਸ ਜੀੜੇ ਦਾ ਵੀ ਮਰਨ ਹੋ ਜਾਏਗਾ। ਮੋਹੇ ਮਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰ ਹੈ। ਮੋਹੇ ਚਾਤ੍ਰਿਕ ਤੁਮ ਬੂੰਦ, ਤ੍ਰਿਪਤ ਹੈ ਮੁੱਖ ਪਰ ਹੈ,
महाराज जी मैं बंबीहे दी न्याई तड़प रहा हां ते तुसी नीर बन के तुसी स्वांती बूंद बन के मेरे हिरदे विच बरसो तुसी अपनी बख्शिश करो तुसी स्वांती बूंद बन के मेरे हिरदे अंदर बरसो ताकि इस तड़पते हुए बंबीहे नू चातरक नू शांति मिल जाए। महाराज जिवें बंबीहा पानी की बूंद नू तरस रहा असीं भी तो कृपा जल मंगदे हां ना सात संगत बाणी पढ़न वाले सिख किते प्रेम ते टिकाओ विच इस शब्द नू धुर अंदर टिका के पढ़न दा यतन करो कृपा जल देहे नानक सारंग कौ बख्शिश कर महाराज मैं ते तेरी रहमत दा जल मंगदा। ते दादा जी कहिंदे जिस जल निध कारण तुम जग आए सो अमृत गुर पाहे जियो। जे तू स्वांती बूंद वास्ते तरसदा है ना जे तेरे अंदर त्रिखा जागी है हर दर्शन को मेरा मन बहु लोचा ज्यों त्रिखावंत बिन नीर मेरा जीड़ा इदां तड़प रहा जिवें प्यासा पानी वास्ते तड़पदा। दर्शन प्यासी दिन सरात चितवों अन दिन नीत खोल कपट गुर मिलिया नानक हर संग मीत मैनू मिला दाता जी विछड़िया मेरी जिंदगी बिलकुठी है। किन्नी अपनात विच किन्ने प्रेम विच भिज के कहे हुए बचन ने जो साहब कहिंदे सुन यार हमारे सज्जन एक करो बेनंतिया तिस मोहन लाल प्यारे हों फिरो खुजंतिया तिस दस प्यारे सिर धरी उतारे एक भूरी दर्शन दीजै नैन हमारे प्रिया रंग रंगारे एक तिल पीना तरीजै प्रभ स्यों मन लीना ज्यों जल मीना। मेरा मन इवें परोता गया मेरा मन इवें गुरु के चरणा नाल जुड़िया जिवें मच्छी पानी नाल जुड़ी प्रभ स्यों मन लीना लीन हो गया। मच्छी दे अंदर बाहर पानी है पानी तो बिना जू ही नहीं सकती एदा मन जुड़े साध संगत प्रभ मन लीना ज्यों जल मीना चातक जिवै तसंतिया जिवें बंबीहा तरसदा है एदा सच्चे पातशाह महाराज जी कृपा कर त्यों हर बिन हम मर जाती ज्यों अमली ज्यों ज्यों बिन अमला अमली मर जाई है जिवें अमल तो बिना अमली मरदा साध संगत। सो सच्चे पातशाह महाराज जी साडे अंदर वह बिरहड़ा पैदा कर रहे हैं मोहे मछली तुम नीर तुझ बिन क्यों सरै मोहे चात्रक तुम बूंद तृप्त है मुख पर है। ये जीवन बंबीहे वांग विलकरिया महाराज तुसी बख्शिश करो रहमत का जल बन के मेरे हिरदे विच टको ते इस तड़पते हुए जीड़े नू बंबीहे वांग शांति आ जाए। सो सच्चे पातशाह महाराज जी ने जो साडे ते दयालता कीती है अज दा बचन बेअंत बैराग रस विच भिज्या होया बचन है। इहदा भेद तां समझ आएगा जे गुरमुखो वो सता साडे अंदर बनेगी ते नहीं ते फिर साडे वास्ते की होएगा लोग जाणै इह गीत है सानू केवल अखरां दा जोड़ नजर आएगा पर असल विच सिर्फ अखरां दा जोड़ नहीं है इह अंदर दी इक वेदना है धुर अंदर सुरत टिका के करते दे चरणां विच जोड़ी